ਹਰ ਚੀਜ਼ ਦਾ ਸਭ ਤੋਂ ਵੱਧ ਫਾਇਦਾ ਚੱਕਣਾ ਚਾਹੀਦਾ ਹੈ ਇਸ ਕਰਕੇ ਇੱਕ ਮੋਸਟ ਬ੍ਰਾਂਡ ਜੋ ਕਿ ਹਰ ਇੱਕ ਚੀਜ਼ ਦੇ ਵਿੱਚ ਸਭ ਤੋਂ ਅੱਗੇ ਹੈ ਤੇ ਵੈਰਾਈਟੀ ਜਿਹੜੀ ਹੈ ਉਹ ਵੀ ਬਹੁਤ ਜ਼ਿਆਦਾ ਹੈ ਲੇਡੀਜ਼ ਆਈਟਮ ਦੇ ਵਿੱਚ ਇਹ ਡੀਲ ਕਰਦੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਬ੍ਰਾਂਡ ਦਾ ਨਾਮ ਮੈਂ ਤੁਹਾਨੂੰ ਦੱਸ ਦਿਤਾ ਹਾਂ ਇਹ ਬ੍ਰਾਂਡ ਤੋਂ ਹੀ ਪਤਾ ਲੱਗਦਾ ਹੈ ਕਿ ਹਰ ਇੱਕ ਚੀਜ਼ ਤੇ ਬਹੁਤ ਤਰੀਕੇ ਦੀਆਂ ਚੀਜ਼ਾਂ ਇਹਨਾਂ ਕੋਲ ਮੌਜੂਦ ਹੋਣ ਗਿਆ ਸਰ ਕਿਹੜਾ ਕਿਹੜਾ ਪ੍ਰੋਡਕਟ ਜਿਹੜਾ ਹੈ ਉਹ ਤੁਹਾਡੇ ਕੋਲ ਹੈ ਸਾਡੇ ਕੋਲ ਮੈਡਮ ਲੇਡੀ ਕਾਰਡੀਗਨ ਜੈਕਟ ਬੱਚੇ ਜੈਕਟ ਬਰੇਜਰ ਵਗੈਰਾ ਜੇ ਜੈਂਟਸ ਦੀ ਆਈਟਮਾਂ ਯਾਨੀ ਕਿ 올인원 ਸਾਰਾ ਕੁਝ ਹੀ ਤੁਹਾਡੇ ਕੋਲ ਹੈ ਹਾਂਜੀ ਹਾਂਜੀ ਸਾਰਾ ਫਾਰ ਟੋਟਲ ਮੈਨੂਫੈਕਚਰਿੰਗ ਵੀ ਸਾਰੀ ਆਪਣੀ ਹੈ ਜੀ ਆਮ ਸਭ ਕੀ ਨਵਾਂ ਐਡ ਕੀ ਲੈ ਕੇ ਆਏ ਹੋ ਕਿਉਂਕਿ ਹਰ ਸਾਲ ਕੁਝ ਨਾ ਕੁਝ ਚੇਂਜ ਹੁੰਦਾ ਵਾ ਫੈਸ਼ਨ ਦੇ ਵਿੱਚ ਚੇਂਜ ਆਂਦਾ ਹੈ ਕਲਰ ਦੇ ਵਿੱਚ ਚੇਂਜ ਆਂਦਾ ਹੈ ਨਵਾਂ ਮੈਡਮ ਸਾਰੇ ਹਰ ਸਾਲ ਨਵਾਂ ਹੀ ਲਿਆਣਾ ਪੈਂਦਾ ਵਾ 90 ਫੈਸ਼ਨ ਦਾ ਦੌਰ ਹੈ ਪੁਰਾਣਾ ਦਾ ਕੁਝ ਵੀ ਨਹੀਂ ਚੱਲਦਾ ਹੱਜਕਲ ਪੁਰਾਣਾ ਤਾਂ ਜਿਹੜੀ ਕੋਈ ਚੀਜ਼ ਨਹੀਂ ਚੱਲਦੀ ਨਵੇਂ ਬੰਦੇ ਪਹਿਲਾਂ ਕੋਟੀਆਂ ਪੂਰੀਆਂ ਆਂਦੀਆਂ ਸੀਗੀਆਂ ਹੁਣ ਬਟਨ ਸਲੇਟ ਵਾਲੀਆਂ ਜਿਹੜੀਆਂ ਕੋਟੀਆਂ ਉਹ ਚੱਲ ਪਈਆਂ ਹੋਈਆਂ ਕਿਉਂ ਨਾਲ ਦਾ ਰਿਵਾਜ ਬਹੁਤ ਜ਼ਿਆਦਾ ਨਹੀਂ ਨਹੀਂ ਬਟਨ ਚੀਜ਼ਾਂ ਦੋਨੇ ਚੱਲਦੀਆਂ ਵੈ ਐਕਚੁਅਲੀ ਜੀ ਇਹ ਸਭ ਪਾਰਟੀ ਵੇਅਰ ਹੈ ਨਾ ਪਾਰਟੀ ਵੇਅਰ ਚੀਜ਼ਾਂ ਹੁੰਦੀਆਂ ਫਿਰ ਸਾਡੇ ਕੋਲ ਬਟਨ ਵਾਲੇ ਵੀ ਹੈਗੇ ਗਾਕ ਦੂਜੇ ਵੀ ਹੈਗੇ ਸੰਤਾ ਸਾਰਾ ਕੁਝ ਬਣਾਉਣਾ ਪੈਂਦਾ ਜੀ ਕਿੱਥੋਂ ਕਿੱਥੋਂ ਦੀ ਬਾਇਰਸ ਤੁਹਾਡੇ ਕੋਲ ਸਮਾਨ ਲੈਣ ਆਉਂਦੇ ਆ ਸਾਡੇ ਕੋਲ ਮੋਸਟ ਆਲ ਇੰਡੀਆ ਦੇ ਜਾਂਦੇ ਆ ਆਲ ਇੰਡੀਆ ਹਾਂ ਜੀ ਸੋ ਹਰ ਪਾਸੇ ਤੁਸੀਂ ਇੱਕ ਵਾਰ ਕਲੈਕਸ਼ਨ ਜਿਹੜੀ ਹੈ ਉਹ ਤੁਹਾਨੂੰ ਨਿਗਾ ਮਰਵਾਵਾਂਗੇ ਕਿ ਬਲੇਜ਼ਰਸ ਜਿਹੜੇ ਨੇ ਉਹ ਵੀ ਇੱਥੇ ਪਏ ਹੋਏ ਨੇ ਪੁਲਓਵਰਸ ਜਿਹੜੇ ਆ ਉਹ ਵੀ ਹੈਗੇ ਨੇ ਜੈਕਟਸ ਵੀ ਤੁਹਾਨੂੰ ਦੇਖਣ ਨੂੰ ਮਿਲਣਗੇ ਕਲਰਸ ਜਿਹੜੇ ਆ ਸਰ ਪਹਿਲਾਂ ਬੜੇ ਡਾਰਕ ਕਲਰਸ ਚੱਲਦੇ ਹੁੰਦੇ ਸੀਗੇ ਹੁਣ ਡਾਰਕ ਤੇ ਲਾਈਟ ਦੋਨੋਂ ਕਲਰਸ ਜਿਹੜੇ ਆ ਉਹ ਬਰਾਬਰ ਚੱਲਦੇ ਪੇਸਟਲ ਕਲਰਸ ਦਾ ਵੀ ਦੌਰ ਆ ਗਿਆ ਨਹੀਂ ਐਸਾ ਹੁੰਦਾ ਮੈਡਮ ਹਰ ਸ਼ਹਿਰ ਦਾ ਫੈਸ਼ਨ ਕੋ ਹੁੰਦਾ ਜਿਵੇਂ ਪੰਜਾਬ ਮੇ ਹੈ ਪੰਜਾਬ ਮੇ ਆ ਬਲਾਈਟ ਕਰ ਲੇਗੇ ਥੋੜੇ ਇਸ ਸਾਲ ਤੇ ਦੇਲੇ ਵਿੱਚ ਯੂਪੀ ਵਿਹਾਰ ਮੈਂ ਡਾਰਕ ਕਲਰ ਪਸੰਦ ਕਰਤੇ ਆ ਲੇਡੀਜ਼ ਯਾਨੀ ਕਿ ਉਹ ਅਲੱਗ-ਅਲੱਗ ਹੋ ਜਾਂਦਾ ਆਪਣੇ ਆਪ ਹੀ ਕੰਪੀਟੀਸ਼ਨ ਬਣ ਜਾਂਦਾ ਜੋ ਜਿੰਨੂੰ ਚਾਹੀਦਾ ਲੈ ਜਾਂਦਾ ਜੀ ਸੋ ਫੈਬਰਿਕ ਦਾ ਸਰ ਕਿਸ ਤਰੀਕੇ ਦੇ ਨਾਲ ਧਿਆਨ ਦਿੱਤਾ ਗਿਆ ਕਿਉਂਕਿ ਅੱਜ ਕੱਲ ਲੋਕ ਚਾਹੁੰਦੇ ਕਿ ਆਈਟਮ ਜਿਹੜੀਆਂ ਨੇ ਉਹ ਕੰਫਰਟੇਬਲ ਹੋਣ ਗਰਮ ਵੀ ਹੋਣ ਤੇ ਸਟਾਈਲਿਸ਼ ਵੀ ਹੋਣ ਮੋਸਟਲੀ ਫੈਬਰਿਕ ਤਾਂ ਸਾਰਾ ਚਾਈਨਾ ਦਾ ਹੀ ਆਂਦਾ ਵਾ ਜੀ ਇੱਥੇ ਲੋਕਲ ਤਾਂ ਬਹੁਤ ਘੱਟ ਹੈਗਾ ਲੋਕਲ ਤਾਂ ਕੋਸਟਲੀ ਬਹੁਤ ਪੈਂਦਾ ਵਾ ਉਹਦੇ ਨਾਲ ਤਾਂ ਜੀ ਬਾਜ਼ਾਰ ਦੇ ਵਿੱਚ ਸਰਵੇਇਕ ਵੀ ਨਹੀਂ ਕਰ ਸਕਦੇ ਵੇਚ ਵੀ ਨਹੀਂ ਸਕਦੇ ਮਾਲ ਜੇ ਲੋਕਲ ਬਣਲੇ ਲਈਏ ਤਾਂ ਕੱਪੜੇ ਸਾਰੇ ਚైనా ਤੋਂ ਹੀ ਜਾਂਦੇ ਸਾਰੇ ਬੱਚਿਆਂ ਦੇ ਕੱਪੜਿਆਂ ਤੇ ਵੀ ਕੁਝ ਵੱਧ ਥੋੜਾ ਧਿਆਨ ਦੇਣਾ ਪੈਂਦਾ ਹੋਏਗਾ ਕਿ ਕੱਪੜੇ ਜਿਹੜੇ ਉਹ ਥੋੜੇ ਸੌਫਟ ਹੋਣ ਤਾਂ ਕਿ ਚੁੱਭਣ ਨਾ ਸ਼ਰੀਰ ਨੂੰ ਨਹੀਂ ਕੁਝ ਹੁੰਦੇ ਆਪਾਂ ਬੱਚਾ ਚੁੱਭਣ ਵਾਲੇ ਤਾਂ ਬਣਾਈਦੇ ਹੀ ਨਹੀਂ ਚੁੱਭਣ ਵਾਲੇ ਬਣਾਈਦੇ ਹੀ ਨਹੀਂ ਅਸੀਂ ਸਾਰੇ ਪਹਿਲਾਂ ਹੀ ਉੱਧੇ ਹੀ ਬਣਾਉਂਦੇ ਬਰਪੂਰ ਲੱਗੇ ਹੁੰਦੇ ਆ ਤੁਸੀਂ ਦੇਖ ਲਓ ਪੀਸ ਇੱਕ ਦੁਕਾਨ ਤੋਂ ਆ ਪੀਸ ਦਿਖਾਓ ਸੋ ਵੈਰਾਈਟੀ ਜਿਹੜੀ ਹੈ ਉਹ ਤੁਸੀਂ ਵੇਖ ਸਕਦੇ ਹੋ ਤੁਹਾਨੂੰ ਇੱਕ ਵਾਰ ਕਿਡਸ ਕਲੈਕਸ਼ਨ ਜਿਹੜੀ ਹੈ ਉਹ ਵੀ ਦਿਖਾਣਾ ਚਾਹਾਂਗੇ ਅ ਜੈਕਟਸ ਤੁਸੀਂ ਦੇਖ ਸਕਦੇ ਹੋ ਪਫ ਜੈਕਟਸ ਦਾ ਅੱਜਕੱਲ ਬਹੁਤ ਜ਼ਿਆਦਾ ਰਿਵਾਜ ਹੈ ਹਾਂ ਨਹੀਂ ਬੱਚਿਆਂ ਦਾ ਮਤਲਬ ਇਦਾਂ ਹੀ ਬਣਾਈ ਰਿਆ ਸੀ ਜੀ ਅੱਜਕੱਲ ਪਫ ਜੈਕਟਸ ਜਿਹੜੀਆਂ ਉਹਨਾਂ ਦਾ ਬਹੁਤ ਰਿਵਾਜ ਹੈ ਲਾਈਟ ਵੇਟ ਹੋਣ ਤੇ ਪਫ ਨਹੀਂ ਪਫ ਦਾ ਹੁਣ ਡਵਾਈ ਕੱਟ ਥੋੜਾ ਹੀ ਘਟ ਗਿਆ ਥੋੜਾ ਫੁੱਲੀ ਫੁੱਲੀ ਦਾ ਰਿਵਾਜ ਘਟ ਗਿਆ ਹੁਣ ਥੋੜਾ ਡਲ ਆ ਗਿਆ ਡਲ ਆ ਗਿਆ ਹਾਂ ਸਰ ਐਤ ਕੀ ਮੈਟੈਲਿਕ ਕਲਰ ਵੀ ਬੜੇ ਚਟਕ ਵਾਲੇ ਕਲਰ ਵੀ ਜਿਹੜੇ ਉਹ ਬੜੇ ਜ਼ਿਆਦਾ ਹੁਣ ਆ ਦੇਖੋ ਪੀਸ ਤੁਸੀਂ ਹੁਣ ਅੱਗੇ ਪਿੱਛੇ ਸਾਰਾ ਬਥੇ ਬਣਾਇਆ ਦਾ ਇਹ ਜੋ ਬੱਚਿਆਂ ਦੇ ਅੱਜਕੱਲ ਜੋ ਚੁਆਇਸ ਹੁੰਦੀ ਹੈ ਸੈਂਪਲਿੰਗ ਕਰਨ ਤੇ ਸਾਨੂੰ 2-2 ਢਾਈ-ਢਾਈ ਮਹੀਨੇ ਲੱਗ ਜਾਂਦੇ ਆ ਬਾਕੀ ਗਾਹਕ ਦੀ ਚੁਆਇਸ ਹੁੰਦੀ ਐ ਅਸੀਂ ਤਾਂ ਆਪਣੇ ਵੱਲੋਂ ਦਿਲ ਨਾਲ ਬਣਾਈਦਾ ਬਾਕੀ ਦਾ ਜਿੰਨੇ ਪਾਣਾ ਹੈ ਗਾਹਕ ਉਹ ਹੀ ਦੱਸੇਗਾ ਸਵੈਟ ਦਾ ਵੀ ਕੰਮ ਸਰ ਸਵੈਟ ਦੇ ਵੀ ਕੱਪੜੇ ਬੰਦੇ ਹਾਂਜੀ ਹਾਂਜੀ ਸਵੈਟ ਸਾਰਾ ਆ ਕੋਟ ਸਾਰੇ ਪਲੇਜਰ ਜਿੰਨੇ ਸਭ ਸਵੈਟ ਦੇ ਹੀ ਹੈਗੇ ਸੋ ਸਰ ਇੰਨੇ ਸਾਰੇ ਬ੍ਰਾਂਡ ਹੈ ਪਹਿਲਾਂ ਬਾਇਰਸ ਦੇ ਕੋਲ ਸੈਂਪਲਸ ਲੈ ਕੇ ਵੀ ਜਾਣਾ ਪੈਂਦਾ ਸੀ ਆ ਬਾਇਰਸ ਆਉਂਦੇ ਸੀਗੇ ਉਹ ਫੈਕਟਰੀ ਟੂ ਫੈਕਟਰੀ ਵਿਜ਼ਿਟ ਕਰਕੇ ਫਿਰ ਚੱਲ ਜਾਂਦੇ ਸੀਗੇ ਪਰ ਹੁਣ ਇਹਨਾਂ 4 ਦਿਨਾਂ ਦੇ ਵਿੱਚ ਜਦੋਂ بارش ਦਾ ਵੀ ਮੌਸਮ ਸ਼ੁਰੂ ਹੋ ਚੁੱਕਾ ਹੋਇਆ ਸੋ ਕਿੰਨਾ ਕੁ ਕਨਵੀਨੀਅੰਟ ਲੱਗਦਾ ਕਿ ਬਾਇਰ ਆਂਦੇ ਆ ਇੱਥੇ ਦੇਖਦੇ ਆ ਇੱਥੋਂ ਦੀ ਆਰਡਰ ਲਿਖਵਾ ਕੇ ਚੱਲ ਜਾਂਦੇ ਆ ਨਹੀਂ ਨਹੀਂ ਮੌਟਰੀ ਆਰਡਰ ਤਕਰੀਬਨ ਲਿਖਾ ਜਾਂਦੇ ਪਰ ਫਿਰ ਵੀ ਉਹਨਾਂ ਨੂੰ ਫੈਕਟਰੀ ਆ ਕੇ ਹੀ ਤਸੱਲੀ ਹੁੰਦੀ ਆ ਇੱਥੇ ਆ ਖਾਲੀ ਦੇਖ ਜਾਂਦੇ ਆ ਆਈਡੀਆ ਦੇ ਜਾਂਦੇ ਆ ਬਾਕੀ ਜਿਹੜੀ ਉਹਨਾਂ ਦੀ ਚੁਆਇਸ ਹੁੰਦੀ ਹੈ ਜਿਹੜਾ ਮਾਲ ਲੈਣਾ ਹੁੰਦਾ ਉਹਨਾਂ ਨੇ ਉਹ ਫੈਕਟਰੀ ਜਾਂਦੇ ਆ ਫਿਰ ਦੁਬਾਰਾ ਇੱਕ ਵਾਰੀ ਉਹਨਾਂ ਨੂੰ ਵਿਜਿਟ ਫੈਕਟਰੀ ਕਰਨਾ ਹੀ ਪੈਂਦਾ ਜੀ ਪਰ ਇਹ ਸੌਖਾ ਨਹੀਂ ਹੋ ਜਾਂਦਾ ਕਿ ਇੰਨੇ ਸਾਰੇ ਬ੍ਰਾਂਡ ਹੈਗੇ ਆ ਅਗਲਾ ਮੰਡਲ ਮੰਡਲ ਕੁਮਦਾ ਰਹਿੰਦਾ ਹੈ ਵਧੀਆ ਵਧੀਆ ਵੈਰਾਈਟੀਆਂ ਵਾਲੀਆਂ ਚੀਜ਼ਾਂ ਉਹਨੂੰ ਚੁਆਇਸ ਹੋ ਜਾਂਦੀ ਹੈ ਇੱਥੋਂ ਮਤਲਬ ਉਹ ਉਸ ਨੂੰ ਫਿਰ ਉੱਡੋਂ ਦਾ ਟਾਈਮ ਵੇਸਟ ਘੱਟ ਹੁੰਦਾ ਹੈ ਇੱਥੋਂ ਚੁਆਇਸ ਮਿਲ ਜਾਂਦੀ ਹੈ ਉਹ ਫਿਰ ਉਹੀ ਬ੍ਰਾਂਡਾਂ ਦੇ ਕੋਲ ਆਪਣੇ ਟਾਈਮ ਨਾਲ ਪਹੁੰਚ ਜਾਂਦਾ ਹੈ ਇਹ ਇਹੋ ਜਿਹੇ ਵੀ ਤੁਹਾਡੇ ਨਾਲ ਜੁੜੇ ਹੋਏ ਨੇ ਲੋਕ ਜਿਹੜੇ ਪਹਿਲਾਂ ਦੂਰੋਂ ਪਰੋਂ ਦੀ ਤੁਸੀਂ ਨਹੀਂ ਜੁੜ ਪਾਦੇ ਸੀਗੇ ਪਰ ਹੁਣ ਇਸ ਐਗਜ਼ਿਬਿਸ਼ਨ ਦੇ ਦੌਰਾਨ ਵੀ ਉਹ ਤੁਹਾਡੇ ਨਾਲ ਜਿਹੜੇ ਜੁੜ ਪਾ ਰਹੇ ਨੇ ਨਹੀਂ ਨਹੀਂ ਐਗਜ਼ਿਬਿਸ਼ਨ ਦੇ ਨਾਲ ਤਾਂ ਸਾਡੇ ਨਾਲ ਕਾਫੀ ਆਦਮੀ ਜੁੜੇ ਆ ਸਾਨੂੰ ਸਾਨੂੰ ਵੀ ਬੈਨੀਫਿਟ ਹੋਇਆ ਗਾਹਕ ਨੂੰ ਵੀ ਬੈਨੀਫਿਟ ਹੋਇਆ ਐ ਐਗਜ਼ਿਬਿਸ਼ਨ ਦਾ ਤਾਂ ਬਹੁਤ ਫਾਇਦਾ ਹੋਇਆ ਹੈ ਇਹਦੇ ਨਾਲ ਤਾਂ ਸਾਨੂੰ ਕੰਮ ਕਰਨ ਦਾ ਹੌਂਸਲਾ ਵੀ ਬਣਿਆ ਅੱਗੋਂ ਪਤਾ ਵੀ ਲੱਗ ਜਾਂਦਾ ਵੈ ਬਹੁਤ ਵਧੀਆ ਰਿਹਾ ਐਗਜ਼ਿਬਿਸ਼ਨ ਦਾ ਠੀਕ मिया मुराद अली जी खुदा दे कार देर है अंधेर नहीं हर समस्या का समाधान समस्या जी में लव मैरिज वशीकरण के तक कराया लॉटरी नंबर हो गए या लोटो मैक्स छह सौ उनचास मेरे और मेरे पति के बीच में बहुत अनबन रहती थी जिसकी वजह से मैं बहुत सारे तांत्रिकों से मिली पर मुझे कोई समाधान नहीं मिला उसके बाद मैं मियाँ मुराद अली जी से मिली जिससे कि अब मैं अपने वैवाहिक जीवन में बहुत खुश हूँ ਪਹਿਲਾਂ ਮੇਰਾ ਲਵ ਮੈਰਿਜ ਨੂੰ ਲੈ ਕੇ ਕੋਈ ਵੀ ਕੰਮ ਨਹੀਂ ਬਣ ਰਾ ਸੀ ਬਹੁਤ ਜਗ੍ਹਾ ਤੇ ੱੱਕੇ ਖਾਏ ਫਿਰ ਬਾਅਦ ਵਿੱਚ ਮੈਨੂੰ ਕਿਸੇ ਨੇ ਮੀਆਂ ਮੁਰਾਦ ਜੀ ਬਾਰੇ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਆਹੁਟਿਕ ਜੀਵਨ ਦੇ ਵਿੱਚ ਬਹੁਤ ਖੁਸ਼ ਹਾਂ ਕਾਰੋਬਾਰ ਇੱਕਦਮ ਠੱਪ ਹੋ ਗਿਆ ਸੀ ਅਸੀਂ ਬੜੇ ਓਕੇ ਹੋ ਗਏ ਫਿਰ ਸਾਨੂੰ ਕਿਸੇ ਨੇ ਮੀਆਂ ਮੁਹੰਮਦ ਅਲੀ ਜੀ ਬਾਰੇ ਦੱਸਿਆ ਉਹਨਾਂ ਨੇ ਸਾਡੀ ਸਾਡੀ ਸਮੱਸਿਆ ਦਾ ਚਿੰਗੀ ਤਰ੍ਹਾਂ ਜੁੜੋ ਨਿੱਕਾ ਕਰ ਦਿੱਤਾ ਹੁਣ ਅਸੀਂ ਬਹੁਤ ਕੁਝ ਹੁਣੇ ਕਾਲ ਕਰੋ 98417 18786 97797 24075